लंबे में 11 मई से लापता बुजुर्ग कई दिनों तक बुजुर्ग कश्मीर सिंह की सही तरीके से पुलिस द्वारा जांच ना करने पर कल रात बुजुर्ग कश्मीर सिंह की लाश गांव परमाला के सेम नाले पर मिलने के बाद भी पुलिस किसी आरोपी तक नहीं पहुंच पाई। इसके चलते पारिवारिक लोगों ने नेशनल हाईवे जाम कर दिया। पंजाब हरियाणा को जोड़ने वाले मुख्य मार्ग पर 45 डिग्री तापमान में भी महिलाएं एवं पुरुष सड़क पर डटे रहे। ਉਹਨਾਂ ਦਾ ਨਾਂ ਕਸ਼ਮੀਰ ਸਿੰਘ ਸੀ ਸਰ। ਕੀ ਹੋਇਆ ਜੀ ਉਹਨਾਂ ਨਾਲ? ਸਰ ਉਹਨਾਂ ਨੂੰ ਬਸ ਫੋਨ ਹੀ ਆਇਆ ਸੀ, ਅਰਨੀ ਵਾਲੇ ਗਏ ਸੀਗੇ ਸਰ, ਉਸ ਤੋਂ ਬਾਅਦ ਵਾਪਸ ਨਹੀਂ ਆਏ ਗਏ ਜੀ। ਪੁਲਿਸ ਨੇ ਇਹਦੇ 'ਚ ਕੀ ਕਾਰਵਾਈ ਕੀਤੀ ਹੈ? ਪੁਲਿਸ ਇਸ ਤੋਂ 4 ਦਿਨਾਂ ਤੋਂ ਕਹਿ ਰਹੀ ਆ ਵੀ ਅਸੀਂ ਪਤਾ ਕਰ ਰਹੇ ਹਾਂ, ਪਰ ਚਾਰ ਪੰਜ ਦਿਨਾਂ ਤੋਂ ਸਾਨੂੰ ਹੀ ਵਾਰ ਵਾਰ ਸੱਦ ਕੇ ਪਰੇਸ਼ਾਨ ਕੀਤਾ ਜਾਂਦਾ, ਸਾਨੂੰ ਪੁੱਛਿਆ ਜਾਂਦਾ ਵੀ ਤੁਸੀਂ ਕਿਸੇ ਬੰਦੇ ਦਾ ਨਾਂ ਲਓ, ਜਦੋਂ ਸਾਨੂੰ ਕਿਸੇ 'ਤੇ ਸ਼ੱਕ ਨਹੀਂ, ਸਾਡੀ ਕਿਸੇ ਨਾਲ ਕੋਈ ਲੜਾਈ ਨਹੀਂ, ਅਸੀਂ ਸਰ ਕਿਸੇ ਦਾ ਨਾਂ ਕਿਵੇਂ ਕਿਸੇ ਨੂੰ ਨਜਾਇਜ਼ ਕਿਉਂ ਫਸਾਈਏ? ਕਿਉਂਕਿ ਅਸੀਂ ਇਹੀ ਮੰਗ ਕਰਦੇ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ, ਉਹ ਮੇਰੇ ਪਿਓ ਤੋਂ ਵੀ ਵੱਧ ਸੀਗਾ। ਮੈਂ ਉਹਦੇ ਤੁਹਾਡੀ ਇਸ ਤੋਂ ਬਾਅਦ ਅੱਗੇ ਕੀ ਰਣਨੀਤੀ ਹੈ ਜੇ ਪੁਲਿਸ ਤੁਹਾਡੀ ਕਾਰਵਾਈ ਨਹੀਂ ਕਰਦੀ? ਅਸੀਂ ਫਿਰ ਜਿੰਨੀ ਕੋਸ਼ਿਸ਼ ਹੋਵੇਗੀ ਅਸੀਂ ਸੰਘਰਸ਼ ਕਰਾਂਗੇ, ਅਸੀਂ ਉਹਨਾਂ ਦੀ ਡੈਥ ਦਾ ਪੂਰਾ ਮੁੱਲ ਪਾਵਾਂਗੇ, ਕਿਉਂਕਿ ਸਰ ਇੱਕ ਇਨਸਾਨ ਦੀ ਕੋਈ ਡੈਥ ਦੀ ਕੋਈ ਕੀਮਤ ਹੀ ਹੈ ਨਹੀਂ। ਇਹ ਆਪਣੀ ਸਰਕਾਰ, ਇਹ ਆਪਣਾ ਪ੍ਰਸ਼ਾਸਨ ਸਰ, ਜਿੱਥੇ ਇੱਕ ਇਨਸਾਨ ਦੀ 5 ਦਿਨਾਂ ਤੋਂ ਡੈਥ ਹੋ ਗਈ ਹੈ, ਲਾਸ਼ ਨੂੰ ਕੀੜੇ ਪੈਣ ਵਾਲੇ ਹੋ ਗਏ, ਸਾਡੀ ਕੋਈ ਸੁਣਦਾ ਹੀ ਨਹੀਂ ਗਾ। ਅਸੀਂ ਇੰਨੇ ਲਚਾਰ ਬੈਠੇ ਹਾਂ, ਜਿਹੜਾ ਸਭ ਕੁਛ ਉਹਦੇ ਕੋਲ ਸੀ, ਪੈਸੇ ਸੀ, ਜ਼ਮੀਨ ਸੀ, ਅੱਜ ਉਹਨਾਂ ਦੀ ਡੈਥ ਇੰਨੀ ਬੁਰੀ ਤਰ੍ਹਾਂ ਕੀਤੀ ਗਈ, ਫਿਰ 5 ਦਿਨਾਂ ਤੋਂ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ, ਸਭ ਕੁਛ ਪਤਾ ਪੁਲਿਸ ਨੂੰ ਹੋਣ ਦੇ ਬਾਵਜੂਦ ਵੀ ਸਾਨੂੰ ਕੋਈ ਇੰਨਾ ਪਰੇਸ਼ਾਨ ਕਰਕੇ ਸਾਡੇ ਤੋਂ ਹੀ ਘਵਾਇਆ ਜਾ ਰਿਹਾ ਹੈ ਵੀ ਤੁਸੀਂ ਦੱਸੋ। ਅਸੀਂ ਕੀ ਦੱਸੀਏ, ਉਹਨਾਂ ਨੂੰ ਸਭ ਕੁਛ ਪਤਾ, ਜਦੋਂ ਉਹਨਾਂ ਨੇ ਸਭ ਕੁਛ ਪੁੱਛਿਆ ਹੋਇਆ, ਸਭ ਕੁਛ ਕਾਲਾਂ ਟਰੇਸ ਹੋਈਆਂ, ਸਭ ਕੁਛ ਪਤਾ ਹੈ ਇਸ ਪ੍ਰਸ਼ਾਸਨ ਨੂੰ, ਪਰ ਸਾਨੂੰ ਕੁਛ ਹੀ ਦੱਸ ਹੀ ਨਹੀਂ ਜਾਏਗੇ। ਉਲਟਾ ਸਾਨੂੰ ਹੀ ਕਹਿੰਦੇ ਆ ਤੁਸੀਂ ਕਿਸੇ ਇਨਸਾਨ ਦਾ ਨਾਂ ਲਓ, ਜਦੋਂ ਸਾਡੀ ਕਿਸੇ ਨਾਲ ਲੜਾਈ ਨਹੀਂ ਸਰ, ਕਿਸੇ ਨਾਲ ਕਿਸੇ ਤਰ੍ਹਾਂ ਦੀ ਵੀ ਕਦੇ ਵੀ ਕਿਸ ਜ਼ਿੰਦਗੀ ਦੇ ਵਿੱਚ, ਜਿਉਂ ਮੇਰੀ ਮੈਰਿਜ ਹੋਈ ਹੈ ਸਾਡੇ ਪਾਪਾ ਦੀ, ਤਾਂ ਕਦੇ ਵੀ ਨਹੀਂ, ਉਹਨਾਂ ਨੇ ਤਾਂ ਦੁਨੀਆ ਦਾ ਭਲਾ ਹੀ ਕੀਤਾ। ਸਰ ਕੀ ਨਾਮ ਹੈ ਅਤੇ ਕਿੱਥੋਂ ਦੇ ਰਹਿਣ ਵਾਲੇ ਹੋ ਜੀ? ਸਰ ਮੇਰਾ ਨਾਮ ਹੈ ਹੌਲਦਾਰ ਸਵਰਨ ਸਿੰਘ, ਇੰਡੀਅਨ ਆਰਮੀ, ਮੈਂ ਲੰਬੀ ਪਿੰਡ ਦੇ ਰਹਿਣ ਵਾਲਾ। 11 ਤਰੀਕ ਨੂੰ ਸਵੇਰੇ ਮੇਰੇ ਫਾਦਰ ਸਾਹਿਬ 8:30 ਵਜੇ ਪਿੰਡ ਅਰਨੀ ਵਾਲਾ ਜਾਂਦੇ ਨੇ, ਉਹ ਪਿੰਡ ਅਰਨੀ ਵਾਲਾ ਪਹੁੰਚਦੇ ਆ ਅਤੇ ਠੀਕ ਜਦੋਂ ਅਰਨੀ ਵਾਲੇ ਤੋਂ ਨਿਕਲਦੇ ਆ ਤਾਂ ਉਹ ਲਾਪਤਾ ਹੋ ਜਾਂਦੇ ਨੇ। ਉਸੇ ਦਿਨ ਦੁਪਹਿਰ 2 ਵਜੇ ਮੇਰੇ ਘਰ 2 ਅਣਪਛਾਤੇ ਵਿਅਕਤੀ ਆਉਂਦੇ ਨੇ, ਇੱਕ ਬੰਦਾ ਸੈਂਟਰਲ ਗੇਟ 'ਤੇ ਖੜਾ, ਇੱਕ ਅੰਦਰ ਜਾਂਦਾ। ਅੰਦਰ ਮੇਰੇ ਮਿਸਿਜ ਘਰ ਦੇ ਵਿੱਚ ਇਕੱਲੇ ਨੇ, ਉਹ ਦਰਵਾਜ਼ਾ ਖੜਕਾਉਂਦੇ ਨੇ, ਉਹ ਅੰਦਰੋਂ ਕੁੰਡੀ ਖੋਲ੍ਹਦੇ ਨੇ ਤਾਂ ਉਹ ਅੰਦਰ ਜਾਂਦੇ। ਅੰਦਰ ਜਾਂਦੇ ਹੀ ਉਹ ਉਹਨਾਂ ਦੇ ਵਾਲ ਫੜਦੇ ਨੇ, ਪਿਸਟਲ ਕੱਢਦੇ ਆ ਅਤੇ ਉਹਨਾਂ ਦੀ ਕੰਨ ਪੱਟੀ 'ਤੇ ਰੱਖਦੇ ਆ ਔਰ ਇੱਥੇ ਲਾਉਂਦੇ ਨੇ। ਉਹਨਾਂ ਨੂੰ ਪੁੱਛਦੇ ਕਿ ਬਾਕੀ ਬੰਦੇ ਕਿੱਥੇ ਆ ਅਤੇ ਘਰ ਦੇ ਵਿੱਚ ਉਹਨਾਂ ਨੇ ਦਰਾਜ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਜਦੋਂ ਫਿਰ ਮੇਰੇ ਘਰ ਦੇ ਹੀ ਕੁੱਤੇ ਪਏ, ਉਸ ਤੋਂ ਬਾਅਦ ਉਹ ਭੱਜ ਗਏ। ਫਿਰ ਮੇਰੇ ਫਾਦਰ ਸਾਹਿਬ ਨੂੰ ਅਸੀਂ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦਾ ਨੰਬਰ ਬੰਦ ਆ ਰਿਹਾ ਸੀ। 5 ਦਿਨਾਂ ਤੋਂ ਬਾਅਦ ਅਸੀਂ ਉਸੇ ਦਿਨ ਹੀ 11 ਤਰੀਕ ਨੂੰ 6:45 'ਤੇ SHO ਲੰਬੀ ਨੂੰ FIR ਕਟਵਾਈ ਹੈ ਕਿ ਸਾਡੇ ਇਸ ਤਰ੍ਹਾਂ ਫਾਦਰ ਸਾਹਿਬ ਲਾਪਤਾ ਨੇ ਔਰ ਸਾਡਾ ਆਪ ਘਰ ਦੇ ਵਿੱਚ ਵੀ ਘਟਨਾ ਵਾਪਰ ਗਈ ਆ। ਇਹਨਾਂ ਨੇ FIR ਕੱਟ ਲਈ ਆ, 5 ਦਿਨ ਹੋ ਗਏ, ਇਹਨਾਂ ਨੇ ਡੈੱਡ ਬੋਡੀ ਨਹੀਂ ਇਹਨਾਂ ਨੂੰ ਮਿਲੀ। ਕੱਲ੍ਹ ਰਾਤ ਸਾਨੂੰ 1:30 ਵਜੇ ਇਹਨਾਂ ਨੂੰ ਅਸੀਂ ਡੈੱਡ ਬੋਡੀ ਵੀ ਲੱਭ ਕੇ ਲਿਆ ਕੇ ਦੇ ਦਿੱਤੀ ਆ। ਹੁਣ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਸਵੇਰ ਦੇ ਇਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਬੰਦੇ ਕਿਉਂ ਨਹੀਂ ਰੈਸਟ ਕਰ ਰਹੇ ਜਦੋਂ ਤੁਹਾਨੂੰ ਡੈੱਡ ਬੋਡੀ ਮਿਲ ਗਈ ਹੈ? ਬੰਦਿਆਂ ਦੇ ਨਾਮ ਪਤਾ ਇਸ ਮਾਮਲੇ? ਨਹੀਂ ਸਰ, ਇਹਨਾਂ ਦੀ ਇਨਵੈਸਟੀਗੇਸ਼ਨ ਹੈ, ਪੁਲਿਸ ਦਾ ਕੰਮ ਆ ਸਰ। ਜੇ ਸਾਨੂੰ ਪਤਾ ਹੁੰਦਾ ਫਿਰ ਅਸੀਂ ਪਹਿਲੇ ਦਿਨ ਹੀ ਦੱਸ ਦਿੰਦੇ। ਇਹ ਸਾਡੇ ਹੀ ਪਰਿਵਾਰ ਨੂੰ ਤੰਗ ਕਰੀ ਜਾਂਦੇ, ਪਰੇਸ਼ਾਨ ਕਰੀ ਜਾਂਦੇ, ਵਾਰ ਵਾਰ ਪ੍ਰੈਸ਼ਰ ਕਿ ਤੁਸੀਂ ਕਿਸੇ ਦਾ ਨਾਂ ਦੱਸੋ, ਤੁਸੀਂ ਮੀਡੀਆ ਵਾਲੇ ਤੁਸੀਂ ਦੱਸੋ ਕਿ ਅਸੀਂ ਕਿਸੇ ਦਾ ਇਸ ਤਰ੍ਹਾਂ ਨਾਂ ਦੇ ਸਕਦੇ, ਕੋਈ ਨਜਾਇਜ਼ ਬੰਦਾ ਫਸ ਜਾਏ। ਅਸੀਂ ਕਹਿੰਦੇ ਜਿਹੜਾ ਦੋਸ਼ੀ ਹੈ ਉਸੇ ਨੂੰ ਸਜ਼ਾ ਮਿਲੇ, ਉਹਨੂੰ ਗ੍ਰਿਫਤਾਰ ਕੀਤਾ ਜਾਏ। ਪਰ ਮਾਮਲੇ ਨੂੰ ਲੈ ਕੇ ਕਿਸੇ ਪੁਲਿਸ ਅਧਿਕਾਰੀ ਨਾਲ ਤੁਹਾਡੀ ਗੱਲ ਹੋਈ? ਮੇਰੀ DSP ਸਾਹਿਬ ਨਾਲ ਗੱਲ ਹੋਈ ਹੈ। DSP ਸਾਹਿਬ ਨੇ ਮੈਨੂੰ ਇਹੀ ਕਿਹਾ ਕਿ ਤੂੰ ਕਿਸੇ ਦਾ ਨਾਂ ਦੱਸ, ਤੈਨੂੰ ਕਿਸੇ 'ਤੇ ਸ਼ੱਕ ਆ? ਮੈਂ ਉਹਨਾਂ ਨੇ ਕਿਹਾ ਮੈਨੂੰ ਨਹੀਂ ਪਤਾ, ਤੁਹਾਡੀ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਆ, ਜਿਹੜਾ ਮੋਬਾਈਲ ਟਰੈਸ ਹੋਇਆ, ਉਹਨਾਂ ਬੰਦਿਆਂ ਨੂੰ ਚੱਕੋ ਜਿਹੜੇ ਕੰਟੈਕਟ ਦੇ ਵਿੱਚ ਆ ਰਹੇ ਨੇ। ਤਾਂ ਉਹਨਾਂ ਨੇ SHO ਨੂੰ ਪੁੱਛਿਆ ਕਿ ਤੁਸੀਂ ਪਰਚਾ ਕਿਉਂ ਨਹੀਂ ਕੱਟਿਆ ਕਿਡਨੈਪਿੰਗ ਦਾ? ਤਾਂ ਉਹ ਕਹਿੰਦੇ ਸਰ ਅਸੀਂ ਉਸੇ FIR ਦੇ ਵਿੱਚ ਐਡ ਕਰ ਦਿੱਤਾ ਸੀ, ਅਸੀਂ ਅਲੱਗ ਤੋਂ ਪਰਚਾ ਨਹੀਂ ਕੱਟਿਆ ਕਿ ਪ੍ਰਸ਼ਾਸਨ ਇੰਨਾ ਢਿੱਲਾ, ਸਾਨੂੰ ਇਨਸਾਫ ਹੀ ਨਹੀਂ ਮਿਲ ਰਿਹਾ, ਕਿਉਂ ਨਹੀਂ ਪ੍ਰਸ਼ਾਸਨ ਕਾਰਵਾਈ ਕਰ ਰਿਹਾ? ਸਾਡੀ ਮੰਗ ਆ ਦੋਸ਼ੀ ਨੂੰ ਫੜਿਆ ਜਾਏ, ਦੋਸ਼ੀ ਨੂੰ ਫਾਂਸੀ ਦਿੱਤੀ ਜਾਏ।